ਮਸਲੇ 'ਚ ਜਾਨ ਨਾ ਦੇਵੇ। ਬੜਾ ਆ ਸੀਰੀਅਸ ਮੁੱਦਾ ਹੈ, ਇਹਦੇ ਵਾਸਤੇ ਅੱਜ ਮੈਂ ਇੱਕ ਬੇਨਤੀ ਲੈ ਕੇ ਇੱਥੇ ਆਇਆ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕਿਸੇ ਦੀ ਈਗੋ ਹਰਟ ਹੁੰਦੀ ਹੈ, ਕਿਸੇ ਨੂੰ ਬੁਲਾਇਆ ਨਹੀਂ, ਕਿਸੇ ਇੱਕ ਜਥੇਬੰਦੀ ਨੂੰ ਇਨਵਾਈਟ ਕੀਤਾ ਨਹੀਂ ਕੀਤਾ, ਸਲਾਹ ਕੀਤੀ ਨਾ ਕੀਤੀ, ਕਿਉਂਕਿ ਮਸਲਾ ਜਦੋਂ ਕਿਸਾਨੀ ਦਾ ਹੈ, ਸਾਰਾ ਪੰਜਾਬ ਸਾਰਾ ਹਿੰਦੁਸਤਾਨ ਜਦੋਂ ਇੱਕ ਸਾਲ ਤੇ ਸੰਘਰਸ਼ ਚੱਲਿਆ, ਸਾਰਾ ਹਿੰਦੁਸਤਾਨ ਇਕੱਠਾ ਸੀ ਕਿਸਾਨੀ ਦੇ ਮੁੱਦੇ ਦੇ ਉੱਤੇ। ਤੇ ਮੈਂ ਵੀ ਅੱਜ ਇੱਕ ਕਿਸਾਨ ਦੇ ਨਾਤੇ ਕਹਿ ਰਿਹਾ ਵੀ ਹੋ ਸਕਦਾ ਹੈ ਨੌਜਵਾਨਾਂ ਨੇ ਨਾ ਪੁੱਛਿਆ ਹੋਵੇ, ਹੋ ਸਕਦਾ ਹੈ ਕਿਸੇ ਇੱਕ ਜਥੇਬੰਦੀ ਨੂੰ ਕਿਸੇ ਨੇ ਸਲਾਹ ਨਾ ਕੀਤੀ ਹੋਵੇ, ਪਰ ਘੱਟੋ ਘੱਟ ਪੰਜਾਬ ਦੇ ਕਿਸਾਨਾਂ ਨਾਲ ਜ਼ਰੂਰ ਗੱਲਬਾਤ ਹੋ ਕੇ ਉਹਨਾਂ ਦੀ ਨਬਜ਼ ਸਮਝਣੀ ਚਾਹੀਦੀ ਹੈ ਵੀ ਕੀ ਉਹਨਾਂ ਦਾ ਕੀ ਫਾਇਦਾ ਹੈ। ਉਸ ਨੌਜਵਾਨ ਨੇ ਸ਼ੁਰੂ ਕਰਨੇ ਨਹੀਂ ਪੁੱਛਿਆ ਵੀ ਮੇਰੇ ਇਸ 'ਚ ਕੀ ਫਾਇਦਾ ਹੈ, ਉਹਨੇ ਕਿਸੇ ਕੀ ਦੇਖ ਰਿਹਾ, ਰੋਜ਼ ਉੱਥੇ ਸੰਘਰਸ਼ ਚੱਲ ਰਿਹਾ, ਉੱਥੇ ਵੀ ਚੱਲ ਰਿਹਾ, ਇੱਥੇ ਵੀ ਚੱਲ ਰਿਹਾ, ਸਾਰਿਆਂ ਦੀ ਚਿੰਤਾ, ਸਾਡੀ ਵੀ ਚਿੰਤਾ। ਪਰ ਸ਼ਾਇਦ ਉਮਰ ਦਾ ਤਕਾਜ਼ਾ ਕਰਕੇ ਮੇਰੇ ਵਰਗਾ ਵੀ ਕੋਈ ਕਮਲਾ ਜੱਟ ਪੁੱਛਣ ਲੱਗਿਆ, ਕਿਉਂਕਿ ਉਮਰ ਹੋ ਸਕਦਾ ਉਸ ਜ਼ਮਾਨੇ 'ਚ ਅਸੀਂ ਵੀ ਨਾਲ ਚੱਕ ਕੇ ਡੰਡਾ ਤੁਰ ਪੈਂਦੇ। ਪਰ ਅੱਜ ਇਹ ਸਮਾਂ ਹੈ, ਲੀਡਰਾਂ ਦੀ ਜ਼ਿੰਮੇਵਾਰੀ ਹੈ ਵੀ ਸ਼ੁਭ ਕਰਨ ਵਰਗੇ ਦੂਜੇ ਜਿਹੜੇ ਕਿਸਾਨ ਭੋਲੇ ਭਾਲੇ ਕਿਸਾਨ ਬੈਠੇ ਉਹਨਾਂ ਤੋਂ ਚਾਨਣਾ ਪਾਉਣ, ਜਾਂ ਜਿਹੜੀਆਂ ਮੰਗਾਂ ਅਸੀਂ ਲੈ ਕੇ ਚੱਲੇ ਹਾਂ ਇਹਦੇ ਨਾਲ ਪੰਜਾਬ ਦੀ ਭਲਾਈ ਹੈਗੀ। ਮੈਂ ਤਾਂ ਇੱਕ ਸਿੱਧੀ ਜੀ ਝਟਕੂ ਜੀ ਗੱਲ ਕਰੂੰਗਾ, ਮੈਂ ਸਮਝਦਾ ਵੀ ਆਹ ਜਿਹੜੀ 23 ਫਸਲਾਂ ਦੀ MSP ਨੂੰ ਲੈ ਕੇ ਪਤਾ ਲੱਗਿਆ, ਜਿਹੜੇ ਰਿਪੋਰਟਸ ਤੋਂ ਦੇਖਦੇ ਹਾਂ ਵੀ ਉੱਥੇ ਜਾ ਕੇ ਗੱਲ ਫਸ ਗਈ। ਕੇਂਦਰ ਸਰਕਾਰ ਨੇ, ਵਜ਼ੀਰ ਸਾਹਿਬਾਨ ਇੱਥੇ ਆਏ ਸੀਗੇ, ਉਹਨਾਂ ਨੇ ਤਾਂ ਆ ਕਿਹਾ ਸੀ ਵੀ ਆਹ ਜਿਹੜੇ ਤੁਸੀਂ ਫਸਲਾਂ ਦੀ ਕਹਿ ਰਹੇ ਹੋ ਜਿਹੜੀ ਇੱਥੇ ਉਗਾਈ ਜਾਂਦੀ ਹੈ ਇਹਨਾਂ ਦੀ MSP ਦੇਣ ਨੂੰ ਅਸੀਂ ਤਿਆਰ ਹਾਂ, ਪਰ ਕਹਿੰਦੇ ਗੱਲ ਪੇਚਾ ਉੱਥੇ ਫਸ ਗਿਆ ਵੀ 23 ਫਸਲਾਂ ਦੀ ਖਰੀਦ ਦੀ MSP ਦੇ ਉੱਤੇ ਗਰੰਟੀ ਦਿਓ। ਸਭ ਅਸੀਂ, ਮੈਂ ਨਿੱਜੀ ਤੌਰ ਤੇ ਐਜ਼ ਏ ਕਿਸਾਨ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂ, ਮੈਂ ਜਿਸ ਖਿੱਤੇ ਤੋਂ ਆਉਂਦਾ ਸਾਡੇ ਮਾਲਵੇ ਦਾ ਅਖੀਰ, ਅਸੀਂ ਰਾਜਸਥਾਨ ਬਾਰਡਰ ਤੇ ਬੈਠੇ ਹਾਂ, ਸਾਡੇ ਪਾਣੀ ਨਹੀਂ। ਅਸੀਂ ਜੇ ਅਸੀਂ ਉੱਥੇ ਕਪਾਹ ਲਾਉਂਦੇ ਹਾਂ, ਸਭ ਇਸ ਕਰਕੇ ਨਹੀਂ ਵੀ ਕਪਾਹ ਦੀ MSP ਨਾਲ CCI ਖਰੀਦ ਲੂਗੀ ਕਿ ਨਹੀਂ ਖਰੀਦ ਲੂ, ਸਾਡੀ ਮਜਬੂਰੀ ਹੈ। ਜੀ ਮੇਰਾ ਵੀ ਬਹੁਤ ਕਰਦਾ ਝੋਨਾ ਲਾਵਾਂ, ਜੀ ਮੇਰਾ ਵੀ ਬਹੁਤ ਕਰਦਾ ਗੰਨਾ ਲਾਵਾਂ, ਕਿਉਂਕਿ ਸਿੱਕੇਬੰਦ ਖੇਤੀ ਹੈ, ਨਾ ਹੀ ਕੋਈ ਨਰਮੇ ਦੇ ਅੰਦਰ। ਸਾਰਿਆਂ ਨੂੰ ਪੰਜਾਬ ਦੇ ਕਿਸਾਨ ਇੱਕ ਇੱਕ ਪਿੰਡ 'ਚ ਸਾਰਿਆਂ ਨੂੰ ਪਤਾ, ਸਾਡੇ ਮਾਲਵੇ 'ਚ ਜਾ ਕੇ ਦੇਖ ਲਓ ਕਦੋਂ ਪਹਿਲਾਂ ਦਾ 18-18 20-20 ਸਪਰੇਆਂ ਹੁੰਦੀਆਂ ਸੀਗੀਆਂ। ਇਸ ਕਰਕੇ ਉਸ 'ਚ ਰਿਸਕ ਇਨਵੋਲਵ ਹੈ, ਜਿਹੜੀ ਜੀਰੀ ਹੈ ਨਾਈ ਹੈ ਸਿੱਕੇਬੰਦ ਕੰਮ ਹੈ, ਕਿਉਂਕਿ ਸਿੱਕੇਬੰਦ ਖੇਤੀ ਨੇ ਜੀ ਪੈਸਾ ਸਰਕਾਰ ਨੇ ਚੱਕ ਲੈਣੀ ਹੈ, ਫਸਲ ਹੋਣੀ ਹੈ, ਕੋਈ ਛੋਟੀ ਬਿਮਾਰੀ ਦਾ ਡਰ ਨਹੀਂ, ਤੇ ਆ ਕੇ ਘਰੇ ਆ ਜਾਣਾ। ਜੀ ਮੇਰਾ ਵੀ ਬਹੁਤ, ਦੇਖ ਲਓ ਕਦੋਂ ਪਹਿਲਾਂ ਦਾ 18-18 20-20 ਸਪਰੇਆਂ ਹੁੰਦੀਆਂ ਸੀਗੀਆਂ। ਕੀ ਪੰਜਾਬ ਦੀ ਝੋਨੇ ਦੀ ਰਿਸਕ ਇਨਵੋਲਵਡ ਹੈ ਤੇ ਕਣਕ ਦੀ ਜੀਰੀ ਹੈ ਤਾਂ ਹੀ MSP ਨਹੀਂ ਮਿਲ ਰਹੀ ਸਰ? ਉਹ ਤਾਂ ਮਿਲ ਰਹੀ ਹੈ, ਹੁਣ ਆਪਾਂ 22 ਜਿਹੜੀ ਬਾਕੀ ਬਚਦੀ ਹੈ 21 ਉਹਨਾਂ ਦੀ ਮੰਗੀ ਜਾਂਦੇ ਹਾਂ। ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ, ਪਰ ਕੀ ਪੰਜਾਬ ਦੀ ਝੋਨੇ ਦੀ ਤੇ ਕਣਕ ਦੀ MSP ਨਹੀਂ ਮਿਲ ਰਹੀ ਸਰ? ਉਹ ਤਾਂ ਮਿਲ ਰਹੀ ਹੈ, ਹੁਣ ਆਪਾਂ 22 ਜਿਹੜੀ ਬਾਕੀ ਬਚਦੀ ਹੈ 21 ਉਹਨਾਂ ਦੀ ਮੰਗੀ ਜਾਂਦੇ ਹਾਂ।
ਮੇਰਾ ਇੱਕ ਸਵਾਲ ਹੈ ਸਾਰੇ ਲੀਡਰਾਂ ਨੂੰ, ਮੈਂ ਇਕੱਲੇ ਜਥੇਬੰਦੀ ਦੀ ਗੱਲ ਨਹੀਂ ਕਰਦਾ, ਜਿਹੜੇ ਬਾਹਲੇ ਤੱਤੇ ਹੋਏ ਫਿਰਦੇ ਹੈ, ਜਿਹੜੇ ਇਸ ਬਲਦੀ ਦੇ ਵਿੱਚ ਘਿਓ ਪਾ ਪਾ ਕੇ ਆਪਣੀਆਂ ਚੌਧਰਾਂ ਚਮਕਾਉਣ ਵਾਸਤੇ ਕਿਸਾਨਾਂ ਦੇ ਹਿਮਾਇਤੀ ਬਣੇ ਬੈਠੇ, ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਵੀ ਆਹ 23 ਫਸਲਾਂ ਹੈ, ਇਹਨਾਂ 'ਚੋਂ ਜੇ ਕੱਲ 23 ਦੀ ਸਪੋਜ਼ ਕਰੋ ਗਰੰਟੀ ਮਿਲ ਜਾਂਦੀ ਹੈ, ਇਹਨਾਂ 'ਚੋਂ ਕਿਹੜਾ ਬੀਜੂਗਾ ਸਭ? ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ? ਕਿਹੜਾ ਮੂੰਗ ਲਾਊਗਾ? ਕਿਹੜਾ ਰਾਗੀ ਲਾਊਗਾ? ਛੱਡੋ ਜੂਟ, ਛੱਡੋ ਛੱਡੋ ਬਾਕੀਆਂ ਦੀ, ਕਿਸੇ ਨੇ ਨਹੀਂ ਲਾਣੀ ਸਭ, ਉਹ ਲਾ ਦੇਣ। ਮੈਨੂੰ ਕੋਈ ਵੀ ਲੀਡਰ ਸਾਹਿਬਾਨ, ਚਾਹੇ ਆਮ ਆਦਮੀ ਪਾਰਟੀ ਵਾਲੇ, ਚਾਹੇ ਕਾਂਗਰਸ ਵਾਲੇ, ਚਾਹੇ ਕੋਈ ਦੂਜਾ ਕੋਈ ਕਿਸਾਨ ਹੈ, ਉਹ ਜਿਹਦੇ ਅੱਜ ਲੋਕਾਂ ਨੂੰ, ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾਰਡਰ 'ਤੇ ਖੜ੍ਹੇ ਕਰ ਰੱਖੇ ਹੈ, ਉਹ ਮੈਨੂੰ ਦੱਸ ਦੇਣ ਵੀ ਅਸੀਂ ਬਈ ਸੁਨੀਲ, ਅਸੀਂ ਤਾਂ ਆਹ ਦੋ ਫਸਲਾਂ ਜਿਹੜੀਆਂ ਆਹ ਲਾਵਾਂਗੇ ਅਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਭ। ਮੈਂ ਪਾਰਟੀ ਦਾ ਪ੍ਰਧਾਨ ਹਾਂ, ਬੀਜੇਪੀ ਦਾ, ਜਿਹਨੂੰ ਕਹਿੰਦੇ ਇਹਨਾਂ ਦੇ ਖਿਲਾਫ ਹੈ, ਆਓ ਨਾਲ ਚੱਲੀਏ, ਅਸੀਂ ਗਰੰਟੀ ਲੈ ਕੇ ਦਿੰਦੇ ਹਾਂ। ਹੋ ਕੀ ਰਿਹਾ ਸਭ? ਕਿਸਾਨੀ ਖਤਰੇ 'ਚ ਹੈ, ਕੋਈ ਕਿਸੇ ਨੂੰ ਇਹ ਕਿਸਾਨੀ ਦੇ ਅੰਦਰ ਕਿਸਾਨ ਜਿਹੜਾ, ਚਾਹੇ ਮਹਾਰਾਸ਼ਟਰ ਬੈਠਾ ਹੈ, ਉੱਥੇ ਸੁਈਸਾਈਡ ਕਰੀ ਜਾਂਦਾ, ਰਾਜਸਥਾਨ 'ਚ ਪ੍ਰੋਬਲਮ ਹੈ, ਉਹਨਾਂ ਦੀ MSP ਨਹੀਂ ਚੱਕੀ ਜਾਂਦੀ। ਅੱਜ ਮੈਨੂੰ ਜਿਹੜਾ ਲੱਗਦਾ, ਕਿਉਂਕਿ ਮੈਂ ਪ੍ਰੈਸ ਕਾਨਫਰੰਸ ਦੇਖ ਰਿਹਾ ਸੀਗਾ ਕਿਸਾਨ ਸਾਥੀਆਂ ਦੀ, ਉਹਦੇ 'ਚ ਇੱਕ ਕਿਸਾਨ ਆਗੂ ਰਾਜਸਥਾਨ ਤੋਂ ਬੈਠਾ ਸੀਗਾ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਇੱਕ ਉਹਨਾਂ 'ਚ ਮੱਧ ਪ੍ਰਦੇਸ਼ ਦੇ ਬੈਠੇ ਸੀਗੇ, ਕਹਿੰਦੇ ਅਸੀਂ ਬਾਕੀ ਸਾਰੇ ਪੰਜ ਸਾਥੀ ਆਉਣ ਲੱਗੇ ਸੀ, ਬਾਕੀ ਆਏ ਨਹੀਂ, ਇੱਕ ਮੈਂ ਆਇਆ, ਰਾਜਸਥਾਨ 'ਚੋਂ ਇੱਕ ਬੈਠੇ ਸੀਗੇ ਸਭ। ਪੰਜਾਬ ਅੱਜ ਦੇਸ਼ ਦੀਆਂ ਅੱਖਾਂ ਦੇ ਵਿੱਚ ਚੁਭਦਾ ਹੈ, ਕਿਉਂਕਿ ਪੰਜਾਬ ਹੀ ਇੱਕ ਇਹੋ ਜਿਹਾ ਸੂਬਾ ਸਭ, ਹਰਿਆਣਾ ਅਤੇ ਪੰਜਾਬ, ਜਿੱਥੇ ਜਿੰਨਾ ਝੋਨਾ, ਜਿੰਨੀ ਕਣਕ ਮੰਡੀ 'ਚ ਆਉਂਦੀ ਹੈ, ਉਨੀਆਂ ਚੱਕੀ ਜਾਂਦੀਆਂ ਸਭ। ਜੇ ਅੱਜ ਇੱਥੇ ਬਾਰਡਰ 'ਤੇ ਆ ਕੇ ਨਾਕਾ ਲਾ ਕੇ ਬਹਿ ਜਾਂਦੀਆਂ ਜਥੇਬੰਦੀਆਂ, ਬਾਹਰੋਂ ਟਰਾਲੀਆਂ ਨਹੀਂ ਆਉਣ ਦੇਣੀਆਂ, ਉਹ ਇਸ ਕਰਕੇ ਹੈ ਕਿਉਂਕਿ ਉੱਥੇ UP ਦੇ ਅੰਦਰ ਨਹੀਂ ਮਿਲਦਾ, MSP ਨਹੀਂ ਮਿਲਦੀ ਉੱਥੇ ਵੀ, ਇਹ ਬਰਾਬਰ ਬਾਰਡਰ ਏਰੀਏ ਮਿਲਦੀ ਹੋਣੀ ਹੈ, ਬਾਕੀ ਸਾਰੇ ਇੱਥੇ ਆ ਕੇ ਵੇਚਦੇ ਹੈ, ਦੂਰ ਦੁਰਾੜਿਓ ਤੋਂ ਇੱਥੇ ਆ ਕੇ ਵੇਚਦੇ ਹੈ। ਉਹਨਾਂ ਨੂੰ ਪੰਜਾਬ ਸੂਲੂ ਵਾਂਗੂ ਚਾਹੁੰਦਾ ਵੀ ਇਹ ਕੀ ਹੈ, ਰਾਜਸਥਾਨ ਦੇ ਅੰਦਰ ਨਹੀਂ ਮਿਲਦਾ ਸਭ, MSP ਨਹੀਂ ਮਿਲਦੀ। ਮੇਰਾ ਇੱਕੋ ਗੱਲ ਹੈ ਵੀ ਪੰਜਾਬ ਦੇ ਮੋਢੇ ਦੇ ਉੱਤੇ ਰੱਖ ਕੇ ਕਿਉਂ ਬੰਦੂਕ ਚਲਾਈ ਜਾ ਰਹੀ ਹੈ, ਕਿਉਂ ਸ਼ੁਭ ਕਰਨ, ਪੰਜਾਬ ਦਾ ਨੌਜਵਾਨ ਕਿਉਂ ਸ਼ਹੀਦ ਹੋ ਰਿਹਾ ਸਭ? ਮੈਂ ਰਾਜਸਥਾਨ ਦੇ ਬਾਰਡਰ 'ਤੇ ਬੈਠਾ, ਸਾਡੇ ਅਸੀਂ ਪਿੱਛੋਂ ਸਾਡੇ ਦਾਦੇ ਪੜਦਾਦੇ ਰਾਜਸਥਾਨ 'ਚ ਉੱਠ ਕੇ, ਰਾਜਸਥਾਨ 'ਚ ਬਹਾਦਰਾਂ ਦੀ ਕੋਈ ਕਮੀ ਨਹੀਂ ਸਭ, ਬੜੇ ਬਹਾਦਰ ਹੈ, ਬੜੇ ਤਕੜੇ, ਉੱਥੋਂ ਕਿਸਾਨ ਲੀਡਰ ਵੀ, ਚੌਧਰੀ ਕੁੰਬਾ ਰਾਮ, ਰਾਮ ਨਿਵਾਸ ਮਿਰਦਾ, ਨਾਥੂ ਰਾਮ ਮਿਰਦਾ, ਕਾਮਰੇਡ ਹੋਰੀ, ਬਹੁਤੇ ਸਾਰੇ ਬੜੇ ਬੜੇ ਲੀਡਰ ਹੋਏ ਹੈ। ਮੱਧ ਪ੍ਰਦੇਸ਼ 'ਚ ਲੀਡਰਾਂ ਦੀ ਕੋਈ ਕਮੀ ਨਹੀਂ, ਜਿਹੜੇ ਇੱਥੇ ਆ ਕੇ ਕਰੀ ਜਾਂਦੇ ਸਭ। ਆਹ ਤਾਂ ਉਹੀ ਹੋ ਗਿਆ ਵੀ ਭਗਤ ਸਿੰਘ ਤਾਂ ਪੈਦਾ ਹੋਣੇ ਚਾਹੀਦੇ ਹੈ, ਪਰ ਹੋਵੇ ਗੁਆਂਢੀਆਂ ਦੇ। ਪੰਜਾਬ ਦਾ, ਪੰਜਾਬ ਕਿਉਂ ਆਹੂਤੀ ਦੇਵੇ ਸਾਹਿਬ? ਮੈਨੂੰ ਆਹ ਤਾਂ ਦੱਸਣ ਵੀ ਇਹਦੇ ਵਿੱਚ ਜਦੋਂ ਸਾਡੇ, ਸਾਨੂੰ ਝੋਨਾ ਅਸੀਂ ਉਸ ਖਹਿੜਾ ਛੱਡਣਾ ਨਹੀਂ, ਜਿਹੜੀ ਫਸਲ ਅਸੀਂ ਬੀਜ ਸਕਦੇ ਹਾਂ ਉਹਦੀ ਗਰੰਟੀ ਦੇਣ ਨੂੰ ਤਿਆਰ ਹੈ, ਫਿਰ ਅਸੀਂ ਕਿਉਂ ਬਾਰਡਰਾਂ 'ਤੇ ਬੈਠੇ ਹਾਂ? ਸਾਡਾ ਫਰਜ਼ ਬਣਦਾ ਵੀ ਇਹ ਸਾਰੇ ਜਿਹੜੇ ਆਏ ਬੈਠੇ ਹੈ, ਮੈਂ ਰਾਜਸਥਾਨ ਵਾਲੇ ਸਾਥੀਆਂ ਨੂੰ ਕਹਿੰਦਾ, ਇਹ ਰਾਜਸਥਾਨ ਹੈ ਸਭ, ਚਲੋ ਇਸ
ਜਿਹੜੀ ਘੋਲ ਵਿੱਢੀ ਹੈ ਉਹਦੇ 'ਚ ਘੱਟੋ ਘੱਟ ਕੱਲ੍ਹ ਤਾਂ ਹੀ ਤਾਂ ਅਸੀਂ ਕਹਿੰਦੇ ਸੀ ਰਾਜਸਥਾਨ ਨੂੰ ਪਾਣੀ ਦੇਣਾ, ਇਹਨਾਂ ਨੂੰ ਲੱਖਾਂ ਕਰੋੜ ਅਸੀਂ ਪਾਣੀ ਦੇ ਲੈਣੇ, ਅੱਜ ਆਏ ਬੈਠੇ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਸਾਂ। ਪੰਜਾਬ ਦੇ ਨੌਜਵਾਨਾਂ ਨੂੰ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਉਣਾ ਬੰਦ ਕਰਨ ਸਾਹਿਬ, ਪੰਜਾਬ ਦੀ ਭਲਾਈ ਹੈ, ਮੈਂ ਨਾਲ ਖੜਾਂ, ਅਸੀਂ ਨਾਲ ਚੱਲਾਂਗੇ। ਨੌਜਵਾਨ ਕਿਉਂ ਸਾਹਿਬ, ਅਸੀਂ 70-70 ਸਾਲ ਦੇ ਹੋ ਗਏ, ਇਸ ਤਾਂ ਹੁਣ ਜਿੰਨੀ ਸੀਗੀ ਜਿਉਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਹਿਬ, ਇੱਕ ਇਕੱਲੇ ਸ਼ਬਦ ਕਰਨ ਦਾ ਮਸਲਾ ਨਹੀਂ ਸਾਹਿਬ, ਬਾਕੀ ਵੀ ਬੈਠੇ ਹੈ, ਫਿਰ ਉੱਥੇ ਜਾ ਕੇ ਮੌਕੇ 'ਤੇ ਜਾ ਵੜਦੇ ਜੇ ਅਸੀਂ ਤੋੜਨਾ ਨਹੀਂ ਸਾਹਿਬ। ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ, ਨੌਜਵਾਨ ਸਾਥੀਆਂ ਨੂੰ, ਸਾਥੀਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹੈ। ਅਸੀਂ ਕੁਰਬਾਨੀਆਂ ਸਾਡੇ ਗੁਰੂ ਮਹਾਰਾਜ ਨੇ, ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਖੂਨ ਦੇ ਨਾਲ ਇਤਿਹਾਸ ਲਿਖਿਆ ਪਿਆ। ਪੰਜਾਬ ਦੀ ਕੁਰਬਾਨੀ ਕਿਸੇ ਦੀ ਮੁਹਤਾਜ ਨਹੀਂ, ਸਰਟੀਫਿਕੇਟ ਨਹੀਂ ਲਵਾਉਣਾ ਇਹ ਆ ਕੇ ਉਹ ਆਪਣੀ ਇਸ ਕਮਜ਼ੋਰੀ ਨੂੰ, ਹਾਂ ਵੀ ਤਗੜਾ ਤਗੜੇ ਹੋ ਤਗੜੇ ਹੋ ਤਾਂ ਪੰਜਾਬ ਵਾਲੇ, ਚਲੋ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹਨਾਂ ਨੇ ਚੂੜੀਆਂ ਪਾ ਰੱਖੀਆਂ ਸਾਹਿਬ, ਜੇ ਉਹ ਇੱਧਰੋਂ ਰੋਕੀ ਜਾਂਦੇ ਤਾਂ ਉੱਥੇ ਤੁਸੀਂ ਆਪਦੇ ਬਾਰਡਰ 'ਤੇ ਰੋਕ ਕੇ ਬਹਿ ਜਾਓ, ਅਸੀਂ ਇੱਥੋਂ ਜੱਥਾ ਭੇਜ ਦਿਆਂਗੇ ਚਾਰ ਵੀ ਤੁਹਾਡੇ ਨਾਲ ਜਾ ਕੇ, ਅਸੀਂ ਵੀ ਸਹਿਮਤੀ ਵਰਤ ਦਿਆਂਗੇ ਵੀ ਬਈ ਸਾਡੇ ਪੰਜਾਬ 'ਚ ਦੇਖੋ MSP ਹੈ ਅਤੇ MSP ਜਿੰਨੀ ਫਸਲ ਬੀਜਦੇ ਹਾਂ ਸਾਹਿਬ, ਆਹ ਲੋਕ ਕਹਿ ਦਿੰਦੇ ਆ ਵੀ ਆਹ BJP ਵਾਲੇ ਕਰਦੇ ਕੀ ਹੈ, ਆਹ ਪਿਛਲੇ 10 ਸਾਲਾਂ ਦਾ ਹਿਸਾਬ ਹੈ ਮੇਰੇ ਕੋਲ। ਅੱਜ ਤੋਂ 10 ਸਾਲ ਪਹਿਲਾਂ 2014 'ਚ ਪੈਡੀ ਦੀ ਖਰੀਦ 1,18,00,000 ਟਨ ਸੀਗੀ ਪੰਜਾਬ ਦੇ ਅੰਦਰ, 1,18,00,000 ਟਨ, ਅਤੇ ਇਸ ਸਾਲ 1,82,00,000 ਟਨ, ਕਰੀਬਨ 60,00,000 ਟਨ ਪੈਡੀ ਉਹਨਾਂ 10 ਸਾਲਾਂ ਤੋਂ ਫਾਲਤੂ ਹੁਣ ਚੱਕੀ ਗਈ ਹੈ। ਉਦੋਂ 10 ਸਾਲ ਪਹਿਲਾਂ ਜਿਹੜੀ MSP ਕਿਸਾਨਾਂ ਦੇ ਘਰੇ ਪੈਸਾ ਆਇਆ, 15,500-16,000 ਕਰੋੜ ਰੁਪਈਆ ਕਿਸਾਨਾਂ ਨੂੰ MSP ਝੋਨੇ ਦਾ ਮਿਲਿਆ, ਐਤਕੀ ਸਾਥੀਓ ਕਰੀਬਨ 50,000 ਕਰੋੜ ਰੁਪਈਆ, ਕਿੱਥੇ 16,000 ਕਰੋੜ ਰੁਪਈਆ ਕਿੱਥੇ 50,000 ਕਰੋੜ ਰੁਪਈਆ, 1,80,000 ਨੂੰ ਜ਼ਰਬ ਕਰਕੇ ਦੇਖਿਓ MSP 'ਤੇ ਕਿੰਨਾ ਬਣਦਾ। 50,000 ਕਰੋੜ ਰੁਪਈਆ ਅੱਜ ਇੱਥੇ ਕਿਸਾਨਾਂ ਨੂੰ, 40,000 ਕਰੋੜ ਰੁਪਈਆ, 40,000 ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੇ ਖਾਤਿਆਂ 'ਚ ਆਇਆ ਸਾਹਿਬ, ਆਹ ਲੋਕਾਂ ਨੂੰ ਚੁਭਦਾ। ਅਤੇ ਮੇਰੀ ਬੇਨਤੀ ਹੈ, ਹਾਂਜੀ ਮੈਂ ਪੰਜਾਬ ਅਕੇਲੇ ਪੰਜਾਬ ਕੀ ਬਾਤ ਕਰ ਰਹਾ ਹੂੰ ਸਾਹਿਬ, 2014 ਕੇ ਅੰਦਰ ਮੈਂ ਐਗਜੈਕਟ ਅਮਾਊਂਟ ਦੇ ਦਿੱਤਾ ਹੂੰ, 15,511 ਕਰੋੜ ਰੁਪਏ ਪੈਡੀ ਕੇ 14 ਮੇਂ ਆਏ ਥੇ ਕਿਸਾਨ ਕੇ ਪਾਸ, ਔਰ ਅਬ ਕੀ ਬਾਰ ਆਏ ਹੈ 40,300 ਕਰੋੜ ਰੁਪਏ, 85 ਕਰੋੜ ਰੁਪਏ, 1,80,00,000 ਸੇ ਫਾਲਤੂ ਪੈਡੀ ਖਰੀਦੀ ਗਈ ਹੈ ਪੰਜਾਬ ਕੇ ਅੰਦਰ, ਔਰ ਤਬ ਖਰੀਦੀ ਗਈ ਥੀ 1,18,00,000 ਟਨ। ਸੋ ਆਪਾਂ ਜਿਸ ਡਾਲ 'ਤੇ ਬੈਠੇ ਹਾਂ ਉਹਨੂੰ ਨਾ ਕੱਟੀਏ ਸਾਹਿਬ, ਸਾਰਿਆਂ ਨੂੰ ਆ ਅਜੇ ਸਾਰੇ ਮੱਧ ਪ੍ਰਦੇਸ਼ ਵਾਲੇ ਕਹਿਣਗੇ ਵੀ ਸਾਡੀ ਸਾਰੀ ਨਹੀਂ ਚੱਕੀ ਜਾਂਦੀ, ਆਪਣੇ ਤਾਂ ਸਿੱਧਾ ਐਤਕੀ ਤਾਂ ਬਰਾਬਰ ਬਰਾਬਰ ਪਹੁੰਚ ਗਏ, ਐਤਕੀ ਜਿਹੜੀ ਫਸਲ ਦੀ ਕਣਕ ਦੀ ਖਰੀਦ ਹੋਈ ਹੈ ਉੱਥੇ ਮੱਧ ਪ੍ਰਦੇਸ਼ ਕਰੀਬਨ ਆਪਣੇ ਤੋਂ ਗਾਂਹ ਨਿਕਲਣ ਵਾਲੀ ਪੋਜੀਸ਼ਨ 'ਚ ਪਹੁੰਚਿਆ ਖੜਾ ਹੈ। ਸੋ ਭਾਵੁਕ ਹੋ ਕੇ ਨਹੀਂ ਸਾਹਿਬ, ਕਿਸਾਨ ਦੇ ਮੁੱਦਿਆਂ 'ਤੇ ਖੜੇ ਹਾਂ, ਆਓ ਚੱਲੀਏ ਕਿਸਾਨ ਦੀ ਗੱਲ ਕਰਦੇ ਹਾਂ, ਅਸੀਂ ਜਿਹੜੇ ਜਿਸ ਗੱਲ ਦੀ ਆਪਾਂ ਇੱਥੇ ਫਸਲ ਆਪਾਂ ਨੂੰ ਚਾਹੀਦੀ ਹੈ, ਪਹਿਲਾਂ ਆਪਣਾ ਘਰ ਸੰਭਾਲੀਏ ਸਾਹਿਬ, ਆਪਣੇ ਝੁੱਗੇ ਨੂੰ ਅੱਗ ਲਾ ਕੇ ਲੋਕ ਸੇਕੀ ਜਾਂਦੇ ਤੁਹਾਡੇ ਤੋਂ, ਤੁਹਾਡੀ ਅੱਗ 'ਤੇ ਉਹ ਸੇਕ ਰਹੇ, ਮੇਰੀ ਇੰਨੀ ਬੇਨਤੀ ਹੈ। ਸ਼ੁਭ ਕਰਨ ਨਾ ਮਾਰਿਆ ਜਾਵੇ, ਕੋਈ ਹੋਰ ਸ਼ੁਭ ਕਰਨ ਕਿਸੇ ਦਾ ਪਰਿਵਾਰ ਨਾ ਉਜੜੇ, ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ, ਪਲੀਜ਼ ਸਾਡੇ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਅੱਜ ਸ਼ੁਭ ਕਰਨ ਨੂੰ ਆ ਹੋਊਗੀ ਵੀ ਆਓ
ਪੰਜਾਬ ਦੇ ਲੋਕਾਂ ਨੂੰ ਜਾ ਕੇ ਪਿੰਡੋ ਪਿੰਡ ਉੱਥੇ ਬਾਰਡਰ 'ਤੇ ਬਹਿ ਕੇ ਬਜਾਏ ਪਿੰਡੋ ਪਿੰਡ ਜਾ ਕੇ ਪੁੱਛੋ, ਖਾਸ ਤੌਰ 'ਤੇ ਜਿੱਥੇ ਨਹੀਂ ਝੋਨਾ ਹੁੰਦਾ ਉਹਨਾਂ ਨੂੰ ਵੀ ਬੋਲੋ ਵੀ ਤੁਸੀਂ ਕੀ ਲਾਓਗੇ, ਤੁਹਾਡੇ ਵਾਸਤੇ ਕਿਹੜੀ ਫਸਲ ਲਾਈਏ, ਕਿਉਂਕਿ ਮਸਲਾ MSP ਦੇ ਨਹੀਂ ਸਭ, MSP ਚਾਹੀਦੀ ਹੈ, MSP ਦੇ ਬਿਨਾਂ ਗੁਜ਼ਾਰਾ ਨਹੀਂ ਸਭ, ਬਿਲਕੁਲ MSP ਚਾਹੀਦੀ ਹੈ। ਅੱਜ MSP ਕਰਕੇ ਆਹ ਹਾਲ ਹੈ ਵੀ ਅੱਜ ਅਸੀਂ ਪੁਜੀਸ਼ਨ 'ਚ ਖੜੇ ਹਾਂ ਵੀ ਐਡਾ ਵੱਡਾ ਸੰਘਰਸ਼ ਅਸੀਂ ਵਿੱਢਿਆ, ਪਰ ਅੱਜ ਜਿਵੇਂ ਕਹਿੰਦੇ ਨਾ ਅੱਜ ਪੰਜਾਬ ਦੇ ਕਿਸਾਨ ਦਾ ਮਸਲਾ ਹੈ ਉਹ ਇਨਕਮ ਗਰੰਟੀ ਮਾਰਦਾ ਸਭ, ਨੋਟ ਹੈ ਮਿਨੀਮਮ ਸਪੋਰਟ ਪ੍ਰਾਈਸ ਮਾਰਦਾ ਵੀ ਉਹਦੀ ਆਮਦਨ ਸੁਰੱਖਿਅਤ ਹੋਵੇ। ਇਸ ਕਰਕੇ ਬੈਠ ਕੇ ਜ਼ਿੰਮੇਵਾਰੀ ਲੀਡਰਾਂ ਦੀ ਬਣਦੀ ਹੈ ਕਿਸਾਨਾਂ ਨੂੰ ਸਮਝਾਉਣ ਵੀ ਆਹ ਹੈ, ਸਾਰਿਆਂ ਨੂੰ ਦਿਸੀ ਜਾਂਦਾ ਵੀ ਆਉਣ ਵਾਲੇ 5-10 ਸਾਲਾਂ ਦੇ ਅੰਦਰ ਪਾਣੀ ਹੇਠਾਂ ਖਤਮ ਹੋ ਜਾਊਗਾ, ਫਿਰ ਕਿੱਥੋਂ ਅਸੀਂ ਜਾ ਕੇ ਇਹਦਾ ਕਰਾਂਗੇ, ਇਹਦਾ ਕੋਈ ਨਾ ਕੋਈ ਬਦਲ ਲੈ ਕੇ ਆਈਏ। ਉਹ ਬਦਲ ਕਿਵੇਂ ਆਊਗਾ ਉਹਦੇ ਵਾਸਤੇ ਲੀਡਰਾਂ ਦੀ ਜ਼ਿੰਮੇਵਾਰੀ ਹੈ ਬੈਠ ਕੇ ਸਲਾਹ ਕਰਕੇ, ਆ ਨਹੀਂ ਵੀ ਅਸੀਂ ਤਾਂ ਜੀ ਆਹ ਲੈ ਕੇ ਉੱਠਾਂਗੇ। 23 ਫਸਲਾਂ ਦੀ ਅਗਰ ਗਰੰਟੀ ਦੇ ਦਿੰਦੀ ਹੈ ਕੇਂਦਰ ਸਰਕਾਰ ਜਿਹਦੇ ਨਾਲ ਪੰਜਾਬ ਦਾ ਭਲਾ ਹੁੰਦਾ, ਮੈਂ ਨਾਲ ਚੱਲਦਾ ਸਰ, ਕੋਈ ਸ਼ੁਭ ਕਰਨ ਦੀ ਲੋੜ ਨਹੀਂ, ਅਸੀਂ ਨਾਲ ਚੱਲਾਂਗੇ, ਸਾਰੇ ਚੱਲਾਂਗੇ ਨਾਲ, ਪਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ, ਮੈਂ ਨਹੀਂ ਪੰਜਾਬ ਦੇ ਕਿਸਾਨਾਂ ਦਾ ਠੇਕਾ ਲੈਂਦਾ, ਮੈਂ ਕਹਿ ਦਿਆਂ ਵੀ ਮੈਂ ਸਹਿਮਤ ਨਹੀਂ, ਪਿੰਡੋ ਪਿੰਡ ਜਾ ਕੇ ਲੋਕਾਂ ਤੋਂ ਰਾਏ ਲਓ ਵੀ ਤੁਸੀਂ ਕਿਹੜੀ ਫਸਲ ਲਾਓਗੇ ਇਹਨੂੰ ਛੱਡ ਕੇ ਝੋਨੇ ਨੂੰ ਜਿਹਦੇ ਨਾਲ ਤੁਹਾਡਾ ਘਰ ਪੂਰਾ ਹੋਵੇ। ਇਸ ਕਰਕੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਨੌਜਵਾਨਾਂ ਦੀ ਜ਼ਿੰਦਗੀ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਕਿਸਾਨੀ ਦਾ ਭਵਿੱਖ, ਅੱਜ ਭਵਿੱਖ ਖਤਰੇ 'ਚ ਹੈ ਸਭ। ਆਹ ਜਿਹੜੇ ਰੋਜ਼ ਕਲਾਈਮੇਟ ਚੇਂਜ ਦੇ ਆ ਜਾਂਦੇ ਆ ਸਿਰਫ ਖਬਰ ਨਹੀਂ ਹੈ, ਆਹ ਸਿੱਧੀ ਸਿੱਧੀ ਜਾ ਕੇ ਪੰਜਾਬ ਦੇ ਕਿਸਾਨ 'ਤੇ ਡਿੱਗਣੀ ਹੈ। ਆਹ ਜਿਹੜੇ ਬਦਲਦੇ ਮੌਸਮ ਹੈ, ਕਦੇ ਹੀਟ ਵੇਵ ਚੱਲ ਗਈ, ਕਦੇ ਕੋਲਡ ਵੇਵ ਆ ਗਈ, ਸਿੱਧਾ ਇਹਦਾ ਅਸਰ ਜਿਹੜਾ ਪੈਣਾ ਕਿਸਾਨੀ 'ਤੇ ਪੈਣਾ। ਮੈਂ ਸਮਝਦਾ ਵੀ ਪਹਿਲੀ ਮੰਗ ਤਾਂ ਹੋਣੀ ਚਾਹੀਦੀ ਹੈ ਵੀ ਸਾਡਾ ਇੰਸ਼ੋਰੈਂਸ ਦਾ ਪ੍ਰੀਮੀਅਮ ਸਰਕਾਰ ਭਰੇ, ਘੱਟੋ ਘੱਟ ਇੰਸ਼ੋਰਡ ਤਾਂ ਹੋਈਏ, ਜੋ ਕੁਛ ਹੈ ਉਹਦਾ ਸਾਂਭੀਏ, ਅੱਗੇ ਦੀ ਤਾਂ ਫਿਰ ਝਾਕ ਕਰਾਂਗੇ, ਉਹਦੇ ਬਾਅਦ ਕਰੀਏ। MSP ਬਿਲਕੁਲ ਸਹੀ ਹੈ ਸਾਹਿਬ, MSP ਸਾਨੂੰ ਤਾਂ ਮਿਲੀ ਜਾਂਦੀ ਹੈ ਪੰਜਾਬ ਨੂੰ, ਪਰ ਪੰਜਾਬ ਦਾ ਕਿਸਾਨ, ਵੀ ਆਰ ਐ ਐਸਪੀਰੇਸ਼ਨਲ ਸਟੇਟ ਸਾਹਿਬ, ਪੰਜਾਬ ਦੇ ਜਿਗਰੇ ਵੱਡੇ ਆ ਤੇ ਪੰਜਾਬ ਦੇ ਸੋਚ ਵੀ ਵੱਡੀ ਹੈ। ਕਹਿੰਦੇ ਨਾ ਦਿਲ ਮੰਗੇ ਮੋਰ, ਅੱਜ ਪੰਜਾਬ ਦਾ ਕਿਸਾਨ ਮੰਗੇ ਮੋਰ ਦੈਨ MSP, ਪਰ ਉਹਦੇ ਵਾਸਤੇ ਕੋਈ ਲੀਡਰ ਅੱਗੇ ਆਊਗਾ ਸਾਹਿਬ। ਅਸੀਂ ਪੰਜਾਬ ਦੇ ਕਿਸਾਨ ਦੇ ਨਾਲ, ਦੇਸ਼ ਦੇ ਕਿਸਾਨ ਦੇ ਨਾਲ ਖੜੇ ਹਾਂ, ਬਟ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਭੜਕਾ ਕੇ, ਪੰਜਾਬ ਦੇ ਕਿਸਾਨਾਂ ਦੀ ਕੁਰਬਾਨੀਆਂ ਆਪਣੇ ਨਿੱਜੀ ਸਵਾਰਥਾਂ ਵਾਸਤੇ, ਰਾਜਨੀਤਿਕ ਸਵਾਰਥਾਂ ਵਾਸਤੇ ਨਾ ਲਿਆ ਜਾਵੇ। ਸ਼ਾਂਤੀਪੂਰਵਕ ਸੰਘਰਸ਼, ਪਿਛਲੀ ਵਾਰੀ ਜੇ ਕਾਮਯਾਬ ਹੋਇਆ ਐਡਾ ਵੱਡਾ ਸੰਘਰਸ਼, ਉਹ ਇੱਕ ਸ਼ਾਂਤੀਪੂਰਵਕ ਸੰਘਰਸ਼ ਸੀ, ਉਹ ਸਭ ਤੋਂ ਵੱਡੀ ਉਹਦੀ ਇੱਕ ਪਛਾਣ ਸੀਗੀ। ਆਹ ਜ਼ਿੰਮੇਵਾਰੀ ਸ਼ਾਂਤੀ ਬਣਾ ਕੇ ਰੱਖਣ ਦੀ ਇਹਨਾਂ ਸੋ ਕਾਲਡ ਲੀਡਰਸ ਦੀ ਹੈਗੀ। ਆਹ ਕਾਰਨ ਮੈਂ ਸਮਝਦਾ ਕੋਈ ਨਹੀਂ, ਇੱਕ ਅੱਛੀ ਸ਼ੁਰੂਆਤ ਹੈ। ਕਹਿੰਦੇ ਵੀ ਅਸੀਂ ਬੱਸਾਂ 'ਚ ਚੜ੍ਹ ਕੇ ਜਾਵਾਂਗੇ, ਵੀ ਸਾਨੂੰ ਅਪਲਾਈ ਕੀਤਾ, ਬਿਲਕੁਲ ਕਰੋ ਸਾਹਿਬ, ਇੱਕ ਪੀਸਫੁਲ ਡਿਮੋਸਟਰੇਸ਼ਨ ਇਜ਼ ਅਵਰ ਰਾਈਟ, ਬਟ ਜਿੱਥੇ ਸਾਡਾ ਅਧਿਕਾਰ ਹੈ ਉੱਥੇ ਸਾਡੀ ਜ਼ਿੰਮੇਵਾਰੀ ਵੀ ਲੀਡਰਾਂ ਦੀ ਬਣਦੀ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਬਲੀ ਦੇਣ ਵਾਸਤੇ ਨਹੀਂ ਹੈ ਸਾਹਿਬ, ਕਿਸੇ ਮਤਲਬ ਵਾਸਤੇ ਅੱਗੇ ਅਸੀਂ ਸੀਨੇ ਡਾਣ ਨੂੰ ਤਿਆਰ ਹਾਂ, ਪਰ ਕਿਸੇ ਦੇ ਗੁਰਗੇ ਬਣ ਕੇ ਨਹੀਂ, ਇਸਤੇਮਾਲ ਹੋਣ ਵਾਸਤੇ ਅਸੀਂ ਨਹੀਂ। ਕਿਉਂਕਿ ਮੈਨੂੰ ਇੱਕ ਹੋਰ ਇਹਦੇ ਵਿੱਚ, ਸੋਰੀ ਮੈਂ ਜਿਹੜੀ ਗੱਲ ਕਹਿਣ ਲੱਗਿਆ, ਆਹ ਜਿਹੜੇ ਅੱਜ ਇੱਥੇ ਆ ਕੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਸ਼ਿੰਗਾਰੀ ਜਾਂਦੇ ਹੈ ਮੁੰਡਿਆਂ ਨੂੰ, ਬੜੇ ਜੀ ਪੰਜਾਬੀ ਬਹਾਦਰ ਹੈ ਜੀ, ਬੜੋ ਜੀ ਅੱਗੇ ਨਿਕਲੋ ਜੀ, ਤੋੜ ਦਿਆਂਗੇ ਜੀ, ਉਹ ਤੁਹਾਡੇ ਛਾਤੀ ਦੇ ਉੱਤੇ ਉਹਨਾਂ ਨੇ ਬੈਰੀਕੇਡ ਖੜ੍ਹੇ ਕਰ ਰੱਖੇ ਸਾਹ। ਪੰਜਾਬ ਬੈਰੀਕੇਡ ਸਾਰੇ ਪੰਥਕ ਦਾ ਸਾਹ, ਪੰਜਾਬੀ ਜਦੋਂ ਕਰਨ 'ਤੇ ਆ ਜਾਣ, ਪਰ ਕਿਸ ਵਾਸਤੇ? ਸਾਨੂੰ ਆਹ ਤਾਂ ਦੱਸੋ, ਤੁਸੀਂ ਨਹੀਂ ਤੋੜ ਸਕਦੇ ਕਿ ਤੁਸੀਂ ਤੋੜ ਲਓ ਆਪਦੇ ਉੱਥੇ ਤੋੜ ਲਓ, ਪਰ
ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਜੀ, ਇੱਥੋਂ ਸਾਨੂੰ ਸ਼ਿੰਗਾਰ ਕੇ ਲੈ ਜਾਣਗੇ, ਉੱਥੇ ਫੇਰ ਉਹੀ ਕਹਾਣੀ ਹੋਊਗੀ। ਇਹ ਹੀ ਲੋਕ ਸੀਗੇ, ਪੂਰਾ ਇੱਕ ਸਾਲ ਦਾ ਸੰਘਰਸ਼, ਕੁਛ ਬੰਦਿਆਂ ਨੇ, ਗਿਣੇ ਚੁਣੇ ਬੰਦਿਆਂ ਨੇ ਰੂਟ ਦਿੱਤਾ ਸੀਗਾ ਵੀ 26 ਜਨਵਰੀ ਨੂੰ ਕੱਢਾਂਗੇ। ਉਹ ਰੂਟ ਭੰਨਿਆ, ਲਾਲ ਕਿਲੇ 'ਤੇ ਗਏ, ਅਤੇ ਜਦੋਂ ਲੱਲਾ ਹੋਣ ਲੱਗੀ ਵੀ ਦੇਸ਼ ਇੱਕ ਵਾਰ ਇੱਕ ਵਿਆਹ ਕੀ ਕੀਤਾ ਜੀ, ਕਿਸਾਨ ਤਾਂ ਅਸੀਂ ਕਿਸਾਨਾਂ ਨਾਲ ਖੜ੍ਹੇ ਸੀ, ਇਹਨਾਂ ਨੇ ਕਿਹਾ ਜੀ ਬਾਹਰ ਕੱਢ ਦਿਓ, ਲੋਕ ਕੀ ਕਹਿਣ ਲੱਗੇ, ਇਹ ਤਾਂ ਜੀ ਸਾਰੇ ਆਤੰਕੀ ਹੈ ਜੀ ਸਭ। ਇਹੀ ਲੋਕ ਜਿਹੜੇ ਅੱਜ ਸਾਨੂੰ ਆ ਕੇ ਸ਼ਿੰਗਾਰੀ ਜਾਂਦੇ ਆ, ਸਭ ਤੋਂ ਪਹਿਲਾਂ ਕਹਿਣਗੇ ਪੰਜਾਬੀ ਤਾਂ ਸਾਰੇ ਆਤੰਕੀ ਹੈ ਸਭ, ਅਸੀਂ ਗੁਰਗੇ ਕਿਸੇ ਦੇ ਫੀਲੇ ਨਹੀਂ ਬਣਨੇ ਸਾਹਿਬ। ਦਿਸ ਇਜ਼ ਅ ਫੇਲੀਅਰ ਆਫ ਲੀਡਰਸ਼ਿਪ ਵੀ ਅੱਜ ਸਾਡਾ ਪੰਜਾਬ ਦਾ ਨੌਜਵਾਨ, ਪੰਜਾਬ ਦੇ ਕਿਸਾਨ ਨੂੰ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਸੋੜੇ ਮੰਤਵਾਂ ਵਾਸਤੇ। ਅਸੀਂ ਕਿਸਾਨੀ ਦੇ ਨਾਲ ਖੜ੍ਹੇ ਹਾਂ, ਸਮਝਾਓ ਕਿਸਾਨ ਨੂੰ ਇਹਦੇ ਵਿੱਚ ਕੀ ਸਾਡਾ ਫਾਇਦਾ ਹੈ। ਜੇ ਰਾਗੀ ਲਾਉਣ ਦੇ ਵਿੱਚ ਫਾਇਦਾ, ਅਸੀਂ ਰਾਗੀ ਦੇ ਵਾਸਤੇ ਖੜ੍ਹੇ, ਆਓ ਜੀ ਚਲੋ ਰਾਗੀ ਦੀ ਤੁਹਾਨੂੰ ਉਹਦੀ ਗਰੰਟੀ ਲੈ ਕੇ ਦਿੰਦੇ ਹਾਂ, ਪਰ ਅਸੀਂ ਗਰੰਟੀ ਨਹੀਂ ਦੇ ਸਕਦੇ ਤੁਹਾਨੂੰ ਵੀ ਤੁਸੀਂ ਚੌਧਰ ਕਰੋ, ਤੁਸੀਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਾਨ ਨਾਲ ਖੇਡ ਕੇ ਆਪਣੀ ਚੌਧਰ ਜਮਾਓ, ਇਹਦੇ ਅਸੀਂ ਬਿਲਕੁਲ ਖਿਲਾਫ਼ ਹਾਂ ਸਰ। ਥੈਂਕ ਯੂ। ਕਿਹਦੇ ਨਾਲ ਸਾਹਿਬ? ਪੰਜਾਬ ਦੇ ਕਿਸਾਨਾਂ ਦੇ ਨਾਲ ਪਿਊਸ਼ ਗੋਇਲ ਜੀ ਸਾਡੇ BJP ਦੇ ਮੰਤਰੀ ਹੋਣੇ ਆ। ਕੀ ਸਭ ਇੱਕ ਮਿੰਟ ਮੈਨੂੰ ਮੀਟਿੰਗ ਕਰਨ ਨਾਲ ਮੈਂ ਕਿਸੇ ਦੇਖੋ, ਮੈਂ ਤਾਂ ਕਹੀ ਜਾਂਦਾ ਮੈਨੂੰ ਤਾਂ ਨਿਉਂਤੇ ਦੀ ਲੋੜ ਨਹੀਂ, ਮੈਂ ਤਾਂ ਬਿਨ ਬੁਲਾਇਆ ਮਹਿਮਾਨ ਹਾਂ, ਮੈਂ ਤਾਂ ਆਪ ਸਿਰ ਦੇਈ ਜਾਂਦਾ ਵਿਚਾਲੇ, ਮੈਨੂੰ ਪਤਾ ਸਾਰੇ ਕੀ ਕਹਿਣਗੇ ਵੀ ਆਹ ਦੇਖੋ ਕਿੱਧਰ, ਮੈਂ ਤਾਂ ਆ ਕੇ ਨਾ ਵੀ ਮੈਨੂੰ ਨਾਲ ਲਾਓ, ਹੋ ਕੇ ਮੈਨੂੰ ਲਾਓ ਨਾਲ, ਮੈਨੂੰ ਦੱਸੋ ਵੀ ਜਾਖੜ ਤੇਰੇ ਉੱਥੇ ਅਬੋਹਰ ਦੇ ਵਿੱਚ ਮੈਂ ਸਵੇਰੇ ਕਿਨੂੰ ਦਾ ਬਾਗ ਪੱਟ ਦੂੰਗਾ ਸਾਹਿਬ, ਸਵੇਰੇ ਪੱਟ ਦੂੰਗਾ, ਮੈਨੂੰ ਦੱਸ ਦੇਣ ਵੀ ਆਹ ਜਿਹੜੀ ਫਸਲ ਲਾ ਕੇ ਇਹਦੇ ਨਾਲ ਮੈਨੂੰ ਵੀ ਇੰਨੀ ਆਮਦਨ ਹੋ ਜੂਗੀ ਜਿੰਨੀਆਂ ਝੋਨੇ ਵਾਲੇ ਲਈ ਜਾਂਦੇ। ਸਾਰਿਆਂ ਦੀ ਅੱਖ ਉਸ ਪੰਜਾਬ ਦੇ ਕਿਸਾਨ 'ਤੇ ਹੈ ਵੀ ਇਹ ਬੜੀ ਬੱਤਰ ਲਈ ਜਾਂਦੇ, ਅਸੀਂ ਕਹਿੰਦੇ ਸਾਨੂੰ ਕੁਛ ਮਿਲਿਆ ਨਹੀਂ, ਉਹ ਕਹਿੰਦੇ ਕਿਸਾਨ ਵਾਲੇ ਸਾਰਾ ਕੁਛ, ਪੰਜਾਬ ਵਾਲੇ ਸਾਰਾ ਕੁਛ ਲਈ ਜਾਂਦੇ, ਦੈਟ ਇਜ਼ ਦਾ ਪ੍ਰੋਬਲਮ ਸਰ। ਸਾਹਿਬ ਆਹੀ ਜਿਹੜੇ ਲੀਡਰ ਹੈ, ਕੱਲ੍ਹ ਤਾਂ ਹੀ ਇਹਨਾਂ ਨੂੰ ਉਹ ਕਹਿੰਦੇ ਸੀ ਕਿਸਾਨ ਵੀ ਇਹਨਾਂ ਨੂੰ ਤਾਂ ਅਸੀਂ ਸਾਡੇ ਨੇੜੇ ਨਹੀਂ ਆਉਣ ਦੇਣਾ, ਇਸ ਕਰਕੇ ਮੈਂ ਕਹਿ ਰਿਹਾ ਵੀ ਅਸੀਂ ਤਾਂ ਸਾਨੂੰ ਤਾਂ ਸਮਝਾਉਣ ਦੀ ਲੋੜ ਨਹੀਂ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ, ਆਪੇ ਬੁਲਾ ਲੈਣਗੇ। ਇਹ ਮੈਨੂੰ ਦੱਸਣ ਵੀ ਇੱਥੇ ਅਸੀਂ ਆ ਝੋਨਾ ਛੱਡ ਕੇ, ਲੀਡਰ ਹੀ ਦੱਸ ਦੇਣ ਮੈਨੂੰ, ਇਹ ਕਾਂਗਰਸ ਵਾਲੇ ਦੱਸ ਦੇਣ, ਉਹ ਤਾਂ ਚਲੋ ਆਮ ਆਦਮੀ ਹੈ, ਮੈਂ ਖਾਸ ਹੈ ਕਿ ਪਤਾ ਨਹੀਂ ਆਮ ਹੈ, ਇਹ ਇੱਧਰ ਵਾਲੇ ਕਾਂਗਰਸ ਵਾਲੇ ਤਾਂ ਆਮ ਨਹੀਂ, ਇਹਨਾਂ ਸਾਰਿਆਂ ਦੇ ਕੋਲ ਪੈਲੀਆਂ, ਸਾਰਿਆਂ ਕੋਲ ਯਾਰ ਗੰਨਾ ਜਾਂ ਇਹਨਾਂ ਕੋਲ ਝੋਨਾ, ਇਹ ਇੱਕ ਮੈਨੂੰ ਦੱਸ ਦਿਓ ਵੀ ਸੁਨੀਲ ਜਾਖੜ ਅਸੀਂ ਆ ਇੰਨਾ 20 ਕਿੱਲੇ ਝੋਨਾ ਛੱਡਿਆ, ਅਸੀਂ ਇੱਥੇ ਰਾਗੀ ਲਾਉਣ ਲੱਗਿਆ, ਮੈਂ ਸਵੇਰੇ ਕਹਿ ਦੂੰਗਾ ਆਓ ਚਲੋ ਰਾਗੀ, ਮੈਂ ਤੁਹਾਨੂੰ ਗਰੰਟੀ ਲੈ ਕੇ ਦਿੰਦਾ, ਮੈਂ ਜਾ ਕੇ, ਤੁਸੀਂ ਮੈਨੂੰ ਤਾਂ ਕਿਸੇ ਲੋੜ ਹੀ ਨਹੀਂ, ਮੈਂ ਉੱਥੇ ਜਾ ਕੇ ਮੈਂ ਧਰਨਾ ਦੇ ਕੇ ਬਹਿ ਜੂੰਗਾ, ਮੈਨੂੰ ਨਾ ਟਰੈਕਟਰ ਦੀ ਲੋੜ, ਨਾ ਟਰਾਲੀ ਦੀ ਲੋੜ, ਮੈਂ ਜਾ ਕੇ ਧਰਨਾ ਇੱਕ ਇੱਕ ਕਰਕੇ ਸਭ, ਐਸੇ ਨਾ ਕਰੋ ਸਰ ਜੀ। ਸਭ ਆਈ ਵਟ ਆਈ ਐਮ ਸੇਇੰਗ ਇਜ਼ that there should be a peaceful protest. Can any of these people, all so-called leaders, can guarantee that they would have a peaceful march through the Haryana? They were given opportunity. They were given opportunity during the last agitation to take out a peaceful procession because they have been sitting there on the border for almost a year on 26th of January when they said, okay, please take out a procession. And they could not control it, sir.
ਹਰਿਆਣਾ ਸਰਕਾਰ ਔਰ ਸੈਂਟਰਲ ਗਵਰਨਮੈਂਟ ਇਜ਼ ਸਟਿਲ ਵਿਲਿੰਗ ਟੂ ਗਿਵ ਦਮ ਅ ਪੈਸੇਜ ਪ੍ਰੋਵਾਈਡਡ ਦੇ ਕੈਨ ਗਿਵ ਅ ਗਾਰੰਟੀ ਸਰ ਟੂਡੇ ਦੇ ਹੈਵ ਨੋ ਕੰਟਰੋਲ ਦੇ ਹੈਵ ਨੋ ਕੰਟਰੋਲ ਦਿਸ ਦੇ ਆਰ ਐਕਸਪਲੋਇਟਿੰਗ ਦਾ ਯੰਗਸਟਰਸ ਇਮੋਸ਼ਨਸ ਆਫ ਦੈਟਸ ਵਟ ਪ੍ਰਸਾਈਜ਼ਲੀ ਵਟ ਆਮ ਸੇਇੰਗ ਡੂ ਆਵਰ ਯੰਗਸਟਰਸ ਕੈਨ ਨਾਟ ਬੀ ਯੂਜ਼ਡ ਐਜ਼ ਅ ਗਨ ਪਾਊਡਰ ਸਾਹਿਬ ਐਜ਼ ਅ ਫੋਡਰ ਫਾਰ ਦੇਅਰ ਪੋਲੀਟੀਕਲ ਐਂਬੀਸ਼ਨਸ ਦੇ ਆਰ ਨਾਟ ਮੈਂ ਕਹਿ ਰਹਾ ਹੂੰ ਸਾਹਿਬ ਜੋ ਇਹ ਲੀਡਰ ਕਹਿ ਰਹੇ ਹੈ ਵੀ ਕਿਸਾਨ ਕਾ ਮਸਲਾ ਐਮ ਐਸ ਪੀ ਸੇ ਹੱਲ ਹੋਗਾ ਮੈਂ ਉਨਕੀ ਬਾਤ ਕਰ ਰਹਾ ਹੂੰ ਵੀ ਉਹ ਬਤਾ ਦੇ ਕੌਣ ਸੀ ਫਸਲ ਕੀ ਐਮ ਐਸ ਪੀ ਔਰ ਚਾਹੀਏ ਉਸਕੀ ਮੈਂ ਗਾਰੰਟੀ ਦਿਲਾਤਾ ਹੂੰ ਸਰ ਜਿਸ ਸਾਹਿਬ ਮੇਰਾ ਸਟੈਂਡ ਹੈ ਹਾਊਸ ਐਵਰ ਹਾਈ ਐਂਡ ਮਾਈਟੀ ਟੂ ਵਿਚ ਐਵਰ ਪਾਰਟੀ ਐਨੀਬਡੀ ਬਿਲੋਂਗਸ ਸੁਪਰੀਮ ਕੋਰਟ ਦੇ ਵਿੱਚ ਹੈ ਕੇਸ ਸੁਪਰੀਮ ਕੋਰਟ 'ਚੋਂ ਲਈ ਫਿਰਦਾ ਬੇਲ ਅਤੇ ਉਹਦੇ 'ਤੇ ਕਾਰਵਾਈ ਹੋਊਗੀ ਸਾਹਿਬ ਅਗਰ ਕਿਸੇ ਉਹਦੇ ਫਾਦਰ ਦਾ ਰੋਲ ਹੁੰਦਾ ਉਹਦੇ ਵਿੱਚ ਤਾਂ ਉਹਦੇ 'ਤੇ ਹੋਣੀ ਚਾਹੀਦੀ ਹੈ ਕਾਂਗਰਸ ਦਾ ਹੁਣ ਛੱਡੋ ਮੈਂ ਉਹ ਗੱਲਾਂ 'ਚ ਪਵਾਂ ਵੀ ਤੂੰ ਕਮਲਨਾਥ ਅਤੇ ਇਹਨਾਂ ਦੀ ਗੱਲਾਂ ਕਰਦਾ ਮੈਂ ਚੰਗਾ ਨਹੀਂ ਲੱਗਦਾ ਕਿਉਂਕਿ ਕੱਲ੍ਹ ਤਾਂ ਮੈਂ ਉੱਥੇ ਬੈਠਾ ਸੀਗਾ ਲੈਸ ਤੁਸੀਂ ਐਵੇਂ ਜਮਾ ਪਰ ਕਾਨੂੰਨ ਸਾਰਿਆਂ ਵਾਸਤੇ ਇੱਕ ਵਰਗਾ ਸਾਹਿਬ ਅਤੇ ਕਾਨੂੰਨ ਵਿਲ ਨਾਟ ਬੈਕ ਆਫ ਮਿਲਣਾ ਚਾਹੀਦਾ ਪਰ ਐਂ ਕਰੋ ਲਖੀਮਪੁਰ ਖੇੜੀ ਚਲੀ ਆਓ ਉੱਥੇ ਤਾਂ ਪੰਜਾਬੀ ਸਾਡੇ ਬਹੁਤ ਬੈਠੇ ਆ ਲਾਓ ਅਤੇ ਧਰਨਾ ਇੱਥੋਂ ਇੱਕ ਉੱਥੇ ਭੇਜ ਦਿੰਦੇ ਆ ਸਾਡੇ ਵਾਲੇ ਜਵਾਨਾਂ ਨੂੰ ਇੱਥੇ ਵਾਲੇ ਨੂੰ ਕਿਉਂ ਅੱਗੇ ਸ਼ਿੰਗਾਰੀ ਜਾਂਦੇ ਹੋ ਤੁਸੀਂ ਮੈਂ ਅੱਜ ਵਾਰੀ ਵਾਰ ਕਹਿ ਰਿਹਾ ਵੀ ਉਹ ਲੋਕਾਂ ਨੇ ਚੂੜੀਆਂ ਦਾ ਪਾਈ ਨਹੀਂ ਟਕਿਆ ਸਾਹਿਬ ਬਹੁਤ ਵੱਡੇ ਲੀਡਰ ਆ ਉੱਥੇ ਕਰਨ ਉੱਥੇ ਸੰਘਰਸ਼ ਪੰਜਾਬੀ ਨਾਲ ਖੜੇ ਆ ਲਖੀਮਪੁਰ ਉਸ ਏਰੀਏ 'ਚ ਤਾਂ ਬਹੁਤ ਬੈਠੇ ਆ ਸਾਡੇ ਤਰਾਈ ਵਾਲੇ ਹਲਕੇ 'ਚ ਤਾਂ ਸਾਡੇ ਪੰਜਾਬੀ ਸਾਥੀ ਬੈਠੇ ਬਹੁਤ ਹੈ ਅਸੀਂ ਉਹ ਨਾਲ ਖੜ ਜਾਣ ਸਾ ਇਹ ਤਾਂ ਮੌਕਾ ਲੋਕਤੰਤਰ ਦੇ ਵਿੱਚ ਅਧਿਕਾਰ ਮੰਗਦੇ ਹਾਂ ਤਾਂ ਲੋਕਤੰਤਰ ਦਾ ਤਾਂ ਇਮਤਿਹਾਨ ਆਇਆ ਖੜਾ ਹੋਰ ਡੇਢ ਮਹੀਨੇ ਨੂੰ ਵੋਟਾਂ ਪੈਣੀਆਂ ਕਰੋ ਜੀ ਤਕੜੇ ਹੋ ਕੇ ਠੋਕੋ ਸੱਚਾਈ ਸਾਹੂਗੀ ਸਾਹਿਬ ਕਾਨੂੰਨ ਸਾਰਿਆਂ ਵਾਸਤੇ ਹੈ ਜਦੋਂ ਉੱਥੇ ਜਾ ਕੇ ਇੱਕ ਕੋਈ ਫੈਸਲਿਆਂ ਦੇ ਹੱਕ 'ਚ ਹੋ ਜਾਂਦਾ ਸੁਪਰੀਮ ਕੋਰਟ ਸੁਪਰੀਮ ਹੋ ਜਾਂਦੀ ਹੈ ਬਾਅਦ 'ਚ ਕਹਿੰਦੇ ਨਹੀਂ ਜੀ ਇਨਫਲੂਐਂਸ ਹੋ ਰਹੀ ਹੈ ਸੋ ਕਾਨੂੰਨ ਸਾਰਿਆਂ ਵਾਸਤੇ ਇੱਕ ਵਰਗਾ ਸਾਹਿਬ ਸਰ ਮੈਂ ਸਰਵੇ ਨਹੀਂ ਕਹਿ ਰਿਹਾ ਸਾਹਿਬ ਮੈਂ ਸਰਵੇ ਨਹੀਂ ਕਹਿ ਰਿਹਾ ਸਾਹਿਬ ਮੈਂ ਤਾਂ ਕਿਸਾਨ ਸੇ ਪੁੱਛੋ ਸਾਹਿਬ ਸਰਵੇ ਸਭ ਸੇ ਬੜਾ ਕਿਸਾਨ ਕਾ ਹੈ ਯੇ ਜੋ ਲੀਡਰ ਆਜ ਕਹਿ ਰਹੇ ਹੈ ਵੀ ਹਮ 23 ਲੈ ਕੇ ਉਠੇਂਗੇ ਮੈਂ ਤਾਂ ਉਨਸੇ ਕਹਿ ਰਹਾ ਹੂੰ ਵੀ ਆਪ ਬਤਾ ਦਿਓ ਵੀ ਆਪ 23 ਮੇ ਸੇ ਕੌਣ ਸੀ ਬੀਜਣੇ ਕੋ ਤਿਆਰ ਹੋ ਬਤਾਓ ਮੈਂ ਵੀ ਉਹ ਲਗਾ ਲੈਤਾ ਹੂੰ ਮੈਂ ਵੀ ਦੇਖ ਲੈਤਾ ਹੂੰ ਹਿਸਾਬ ਕਿਤਾਬ ਸਭ ਆਪ ਇਹ ਨਹੀਂ ਹੋ ਸਕਦਾ ਵੀ ਆਪ ਗੱਫੇ ਖਾ ਰਹੇ ਹੋ ਬਾਕੀਓ ਕੋ ਕਹਿ ਰਹੇ ਹੋ ਵੀ ਮੈਂ ਸਾਰੇ ਹਿੰਦੁਸਤਾਨ ਮੇ 23 ਫਸਲੋਂ ਕੀ ਐਮ ਐਸ ਪੀ ਦਿਲਾਊਂਗਾ ਲੈਣੇ ਤੋਂ ਬਾਕੀ ਹਿੰਦੁਸਤਾਨ ਨੇ ਚੂੜੀਆਂ ਪਹਿਨ ਰੱਖੀਆਂ ਉਹ ਆਪਣਾ ਸੰਘਰਸ਼ ਕਰੇ ਹਮ ਉਨਕੇ ਸਾਥ ਹੈ ਆਰ ਸਿੰਪਤੀ ਸਰ ਵਿਦ ਦੈਮ ਹਮ ਕਿਸਾਨ ਕੇ ਸਾਥ ਹੈ ਸਾਹਿਬ ਹਮਾਂ ਚਾਹੇ ਯੂਰਪ ਕਾ ਕਿਸਾਨ ਹੈ ਕਿਸਾਨ ਕਿਸਾਨ ਹੈ ਉਸਕੀ ਸਮੱਸਿਆ ਹੈ ਕਿਸਾਨ ਕੋ ਆਜ ਸਰਕਾਰ ਸੇ ਮਦਦ ਚਾਹੀਏ ਪਰ ਕਿਆ ਐਮ ਐਸ ਪੀ ਕੀ ਗਾਰੰਟੀ ਹੀ ਵੋ ਮਦਦ ਹੈ ਸਾਹਿਬ ਦੈਟ ਇਜ਼ ਦਾ ਬੇਸਿਕ ਕੁਐਸਚਨ ਉਸਕੋ ਐਡਰੈਸ ਨਹੀਂ ਕਰ ਰਹੇ ਲਾਲਾ ਲਾਲਾ ਕਰਕੇ ਜੇ ਐਮ ਐਸ ਪੀ 23 ਦੀ ਲੈ ਦਿਓ ਉਹਦਾ ਕਰੋਗੇ ਕੀ ਮੈਨੂੰ ਆਹ ਦੱਸੋ ਬਾਕੀ ਜਿਹੜੀ 21 ਫਸਲਾਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ ਸਾਹਿਬ ਆਹ ਕਿਹੜੀ ਕਿਹੜੀ ਲਾਓਗੇ ਜੀ ਪੈਡੀ ਜਵਾਰ ਬਾਜਰਾ ਬਾਜਰੇ ਦਾ ਤਾਂ ਕਹਿ ਕੇ ਆਏ ਸੀਗੇ ਸਾਡੇ ਭਗਵੰਤ ਮਾਨ ਅਤੇ ਇਹਨਾਂ ਦੇ ਮਾਨ ਜੀ ਨਹੀਂ ਉਹਨਾਂ ਦੇ ਏ ਜੀ ਸਾਹਿਬ ਵੀ ਅਸੀਂ ਬਾਜਰਾ ਲਵਾ ਦਿਆਂਗੇ ਲਵਾਓ ਖਾਂ ਸੰਗਰੂਰ 'ਚ ਚਾਲੂ ਕਰ ਲੈਣ ਭਗਵੰਤ ਮਾਨ ਜੀ ਵੀ ਸੰਗਰੂਰ 'ਚ ਸਾਰੇ ਬਾਜਰਾ ਲਵਾਊਂਗਾ ਮੈਂ ਸਵੇਰੇ ਕਰ ਲੈਣ ਸਰ ਇੱਕ ਮਿੰਟ ਸਾਹਿਬ ਦੇਖੋ
ਆ ਬੜੀ ਸੀਰੀਅਸ ਡਿਸਕਸ਼ਨ ਹੈ ਸਾਹਿਬ ਜਿਹੜੀ ਆਪਾਂ ਖੋਲ੍ਹਣ ਲੱਗੇ ਹਾਂ, ਬਟ ਬਰੀਫਲੀ ਮੈਂ ਅਥਾਰਟੀ ਨਹੀਂ ਇਸ ਗੱਲ 'ਤੇ, ਮੈਂ ਉਹਨਾਂ ਵਾਂਗੂ ਸਿਆਣਾ ਬਣ ਕੇ ਬਹਿ ਜਾ, ਮੈਂ ਤਾਂ ਕਮਲਾ ਜੱਟ ਹਾਂ, ਪਰ ਮੈਂ ਇੰਨੀ ਗੱਲ ਕਹਿ ਦਿਆਂ ਸਾਹਿਬ, ਜਿੱਥੇ ਕਿਤੇ ਵੀ ਆਹ ਸਕੀਮ ਲਾਗੂ ਹੋਈ ਹੈ, ਜਿੱਥੇ ਸਰਕਾਰ ਐਮ ਐਸ ਪੀ 'ਤੇ ਖਰੀਦੀ ਹੈ ਜਾਂ ਐਮ ਐਸ ਪੀ ਦਾ ਡਿਫਰੈਂਸ ਹੈ ਜਿਹਨੂੰ ਭਾਵਾਂਤਰ ਸਕੀਮ ਕਹਿੰਦੀ ਹੈ, ਪੰਜਾਬ ਦੇ ਸਾਥੀ ਵੀ ਸੁਣ ਲੈਣ ਸਾਹਿਬ, ਕਿਉਂਕਿ ਫਾਰਮੂਲਾ ਫਿਰ ਉਹੀ ਲੱਗਣਾ ਜਿਹੜਾ ਸਾਰੇ ਦੇਸ਼ 'ਚ ਲੱਗ ਰਿਹਾ, ਜਿਹੜੇ ਆਪਾਂ ਦੇਸ਼ ਹਿੰਦੁਸਤਾਨ ਵਾਸਤੇ ਮੰਗ ਰਹੇ ਨਾ, ਹਿੰਦੁਸਤਾਨ ਦੇ ਅੰਦਰ ਚਾਹੇ ਰਾਜਸਥਾਨ ਹੈ ਚਾਹੇ ਹਰਿਆਣਾ, ਅੱਜ ਰਾਜਸਥਾਨ ਵਾਲੇ ਆਏ ਬੈਠੇ ਇੱਥੇ, ਚਾਹੇ ਹਰਿਆਣੇ ਵਾਲੇ ਬੈਠੇ ਹੈ, ਉੱਥੇ ਭਾਵਾਂਤਰ ਸਕੀਮ ਹੈ ਵੀ ਐਮ ਐਸ ਪੀ ਦਾ ਡਿਫਰੈਂਸ ਜਿਹੜਾ ਹੈ ਉਹ 5 ਏਕੜ ਤਾਂ ਹੀ ਦਿੰਦੇ, 5 ਏਕੜ ਤਾਂ ਹੀ ਦਿੰਦੇ ਆ ਸਾਹਿਬ, ਲਵਾਓਗੇ ਕਿ ਇੱਥੇ? ਅੱਜ ਤਾਂ 1-1 ਦਾਣਾ ਚੱਕਿਆ ਜਾਂਦਾ, ਕੋਈ ਕਿਸੇ ਤੋਂ ਗਿਰਦਾਵਰੀ ਨਹੀਂ ਪੁੱਛਦਾ। ਇਸ ਕਰਕੇ ਮੇਰਾ ਮੰਨਣਾ ਹੈ, ਐਵੇਂ ਨਾ ਲੋਕਾਂ ਨੂੰ, ਨੌਜਵਾਨਾਂ ਨੂੰ ਗੁੰਮਰਾਹ ਕਰੋ, ਲੋਕਾਂ ਨੂੰ ਸਮਝਾਓ ਅਤੇ ਜਿੱਥੇ ਸੰਘਰਸ਼ ਕਰਨ ਦੀ ਲੋੜ ਹੈ, ਸੁਨੀਲ ਜਾਖੜ ਨਾਲ ਖੜਾ ਸਾਹਿਬ, ਬੀਜੇਪੀ ਨਾਲ ਖੜੀ ਹੈ, ਬੀਜੇਪੀ 'ਚ ਕਿਸਾਨ ਬੈਠੇ, ਪਲੀਜ਼ ਸਰ। ਜੀ ਸਰ, ਮੈਂ ਕਹਾਂਗੇ ਵੀ ਸੁਨੀਲ ਨੇ ਠੇਕਾ ਲਿਆ, ਮੈਂ ਤਾਂ ਕਹਿੰਦਾ ਲਾਓ ਜੀ, ਮਹਾਤਮਾ ਗਾਂਧੀ ਨੇ ਕਿਆ ਕਹਾ ਥਾ, ਬੀ ਦਾ ਐਗਜ਼ਾਮਪਲ ਯੂ ਵਾਂਟ ਟੂ ਸੀ ਇਨ ਦਾ ਵਰਲਡ। ਮੈਂ ਲੀਡਰੋਂ ਕੋ ਕਹਿ ਰਹਾ ਹੂੰ, ਇਹ ਕਾਂਗਰਸ ਵਾਲੇ ਜੋ ਟਰੈਕਟਰ ਚੜ੍ਹੇ ਖੜ੍ਹੇ ਥੇ ਕੱਲ ਸਾਰੇ ਵਹਾਂ ਪੇ, ਫੋਟੋ ਖਿਚਾਉਣ ਜਾਂ ਫੋਟੋ ਆਪ ਸਰ ਆ ਕੇ, ਇਹਨਾਂ ਨੂੰ ਪਤਾ ਹੀ ਨਹੀਂ ਜਿਸ ਗੱਲ ਦਾ ਵੀ ਮਾਂਗ ਕਿਆ ਰਹੇ ਹੋ ਸਾਹਿਬ ਆਪ। ਮੈਂ ਇਸ ਲੀਡਰੋਂ ਤੋਂ ਪੁੱਛਣਾ ਚਾਹਤਾ ਹੂੰ, ਉਸ ਕਾਂਗਰਸ ਮੈਂ ਆਪ, ਮੈਂ ਸਮਝਤਾ ਹੂੰ ਇਹਨਾਂ 'ਚ ਕਿਸੇ ਇੱਕ ਬੰਦੇ ਨੂੰ ਕਿਸਾਨੀ ਦੀ ਸਮਝ ਹੈ, ਉਹ ਰਾਣਾ ਗੁਰਜੀਤ ਸਿੰਘ ਹੈ ਸਰ, ਚਾਹੇ ਇੰਡਸਟਰੀਲਿਸਟ ਹੈ ਪਰ ਉਹ ਕਿਸਾਨੀ ਨਾਲ ਜੁੜੇ ਹੈ। ਉਹਨੂੰ ਜਾ ਕੇ ਪੁੱਛੋ ਵੀ ਕੀ ਹੈ, ਰਾਗੀ ਲਾਓਗੇ, ਜਵਾਰ ਲਾਓਗੇ, ਬਾਜਰਾ ਲਾਓਗੇ, ਸਭ ਬੇਸਿਕ ਫਰਕ ਹੈ। ਜਿਹੜੇ ਆਪਾਂ ਅੱਖਾਂ ਮੀਚ ਕੇ ਬਹਿ ਜਾਂਦੇ ਹਾਂ, ਨੌਜਵਾਨਾਂ ਨੂੰ ਅੱਗੇ ਕਰਤਾ ਜੀ ਮਰਨਗੇ, ਨੌਜਵਾਨ ਮੰਨ ਕੇ ਉਹ ਤਾਂ, ਕੱਲ੍ਹ ਮੈਂ ਸੁਣ ਰਿਹਾ ਸੀ ਵੀਡੀਓ, ਕਹਿੰਦਾ ਇਹ ਤਾਂ ਜਾ ਕੇ ਟਰਾਲੀ 'ਚ ਚੁੰਝ ਜੋੜ ਕੇ ਬਹਿ ਜਾਂਦੇ ਹੈ, ਅੱਗੇ ਕਿਸੇ ਨੌਜਵਾਨਾਂ ਨੂੰ ਕਰ ਦਿੰਦੇ ਹੈ, ਉਹਨਾਂ ਨੂੰ ਰੇਨ ਫੈਡ ਹੈ ਸਾਹਿਬ, ਹੈ ਜਿਹੜੀਆਂ ਮੰਗੀ ਜਾਂਦੇ ਹੈ ਉਹ ਬਿਰਾਨੀ ਇਲਾਕੇ 'ਚ ਹੁੰਦੀਆਂ। ਸਾਡੇ ਪਾਣੀ ਹੈ ਸਾਹਿਬ, ਆਪਣੀ ਧਰੋਹਰ ਨੂੰ ਸਮਝੋ ਸਾਹਿਬ, ਅਸੀਂ ਜਿਹੜਾ ਸਾਡਾ ਖਿੱਤਾ ਹੈ ਉਹਦੀ ਖੂਬਸੂਰਤੀ ਨੂੰ ਸਮਝੋ, ਆਪਣੀ ਸਟਰੈਂਥ ਸਮਝੋ, ਆਪਣਾ ਆਉਣ ਵਾਲਾ ਭਵਿੱਖ ਦੇਖੋ, ਪਾਣੀ ਹੇਠਾਂ ਤੁਰਿਆ ਜਾਂਦਾ। ਇਹ ਕਹਿੰਦੇ ਸਾਨੂੰ, ਫਿਰ ਜੇ ਕੱਲ੍ਹ ਐਮ ਐਸ ਪੀ ਦੇਤੀ, ਸਪੋਜ਼ ਕਰੋ ਜੀ ਕੱਲ੍ਹ ਹੋ ਗਿਆ ਮੋਦੀ ਸਾਹਿਬ ਵੀ ਚਲੋ ਮੈਂ ਪਹਿਲਾਂ ਵਾਪਸ ਤੇਈ ਕਰ ਦੂੰਗਾ, ਅਤੇ ਜਿੱਦਣ 4 ਸਾਲਾਂ ਨੂੰ ਪਾਣੀ ਖਤਮ ਹੋ ਗਿਆ ਫਿਰ ਐਮ ਐਸ ਪੀ ਨੂੰ ਚੱਟੋਗੇ ਸਾਹਿਬ? ਜੇ ਦਾਣਾ ਹੀ ਨਹੀਂ ਹੋਇਆ ਫਿਰ ਐਮ ਐਸ ਪੀ ਲਓਗੇ ਕਾਹਦੇ 'ਤੇ? ਆਹ ਤਾਂ ਦੱਸੋ। ਸੋ ਅੱਗੇ ਦੀ ਭਵਿੱਖ ਦੀ ਗੱਲ ਕਰੋ, ਮੈਂ ਤਾਂ ਪਰ ਭਵਿੱਖ ਤਾਂ ਅੱਗੇ ਦੀ ਗੱਲ ਹੈ, ਮੁੰਡੇ ਤਾਂ ਅੱਜ ਮਰੀ ਜਾਂਦੇ ਸਾਹਿਬ। ਮੇਰਾ ਕੰਸਰਨ ਹੈ ਵੀ ਸਾਡਾ ਸ਼ੁਭ ਕਰਨ ਕੋਈ ਪੰਜਾਬ ਦਾ ਜਾਂ ਕਿਸੇ ਵੀ, ਚਾਹੇ ਰਾਜਸਥਾਨ ਦਾ ਨੌਜਵਾਨ ਹੈ, ਸਾਡੇ ਭਰਾ ਹੈ ਸਾਹਿਬ। ਇਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ, ਪੰਜਾਬ ਨੂੰ ਡਿਸਟਰਬ ਰੱਖਣ ਦੀ ਇੱਕ ਜਿਹੜੀ ਸਾਜਿਸ਼ ਹੈ ਉਹਦੇ ਵਿੱਚ ਹੈ, ਲੋਕ ਸ਼ਾਮਿਲ ਹੋ ਕੇ ਵਿਟਿੰਗਲੀ, ਅਨਵਿਟਿੰਗਲੀ, ਜਾਣ ਬੁੱਝ ਕੇ ਜਾਂ ਅਣਜਾਣਪਣੇ 'ਚ ਜੋ ਕੁਛ ਕਰ ਰਹੇ ਹੈ ਪੰਜਾਬ ਦੀ, ਇਹਦੇ 'ਚ ਮੈਂ ਐਜ਼ ਏ ਕਿਸਾਨ, ਅਨਪੜ੍ਹ ਕਿਸਾਨ ਹੈ ਸਾਹਿਬ, ਮੈਨੂੰ ਸਮਝਾ ਦਿਓ ਵੀ ਸੁਨੀਲ ਆਹ ਫਸਲ ਲਾਓ, ਇਹਦੇ ਨਾਲ ਤੇਰੀ ਇੰਨੀ ਆਮਦਨ ਹੋਊਗੀ ਜਿੰਨੀ ਸਾਨੂੰ ਝੋਨੇ ਅਤੇ ਗੰਨੇ 'ਚ ਹੋਈ ਜਾਂਦੀ ਹੈ। ਇਹ ਸਾਰੇ ਆਹ ਬੈਠੇ ਹੈ ਸਾਡੇ ਵਾਲੇ ਬੇਲੀ ਉੱਤੋਂ ਜਿਹੜੇ ਆਉਂਦੇ ਹੈ ਮਾਝੇ ਵਾਲੇ ਏਰੀਏ 'ਚੋਂ, ਸਾਡੇ ਤਾਂ ਭਰਾ ਹੀ ਹੈ, ਸਾਰਿਆਂ ਦੇ ਗੰਨਾ ਹੈ ਸਾਹਿਬ, ਸਾਰਿਆਂ ਦੇ ਝੋਨਾ ਹੈ, ਕਿਸੇ ਨੇ ਡੱਕ ਤਿਲ ਨਹੀਂ ਬੀਜਣਾ, ਤਿਲ 'ਤੇ ਵੀ ਹੈ, ਸਿਸਮੇ ਸੀਡ 'ਤੇ ਵੀ ਹੈ। ਮੈਂ 2 ਬੰਦੇ ਦੇਖੇ ਸਾਹਿਬ ਉਸ ਸਾਰੇ 'ਚ, ਮੈਂ ਤਾਂ ਕਿਤੇ ਕੋਈ ਇੱਥੇ ਜੱਥੇ ਨਹੀਂ ਦੇਖੇ ਸਾਹਿਬ ਆ ਕੇ। ਵਾਹ ਪੰਜਾਬ ਕਿਉਂ ਸਾਹਿਬ, ਮੈਨੂੰ ਆਹ ਦੱਸੋ ਜੀ, ਪੰਜਾਬ ਦੀ ਮੰਗੀ ਹੈ ਨਹੀਂ? ਕਹਿੰਦਾ ਮੈਂ ਚਾਹ ਤੂੰ ਕਿਸੇ ਔਰ ਕੀ, ਮੁੰਜੇ ਮੰਗਤਾ ਕੋਈ ਔਰ ਹੈ, ਚਾਹੀਦਾ ਤਾਂ ਉਹਨਾਂ ਨੂੰ ਹੈ ਸਾਹਿਬ, ਐਮ ਐਸ ਪੀ ਚਾਹੀਦੀ ਉਹਨਾਂ ਨੂੰ ਹੈ,
ਡਾਂਗਾਂ ਅਸੀਂ ਖਾਈ ਜਾਂਦੇ ਹਾਂ, ਭਗਤ ਸਿੰਘ ਸਾਡੇ ਦੇਈ ਜਾਂਦੇ ਹਾਂ, ਉਹ ਬੈਠੇ ਤਮਾਸ਼ੇ ਬਾਜੀ। ਉਹਨਾਂ ਨੇ ਸਾਨੂੰ ਸਵੇਰੇ ਕਹਿ ਦੇਣਾ ਵੀ ਆਹ ਤਾਂ ਸਾਰੇ ਆਤੰਕੀ ਹੈ ਜੀ। ਫਿਰ ਦੇਖੋ ਉਹਨਾਂ ਦਾ ਅਧਿਕਾਰ ਹੈ ਜੋ ਕੁਛ ਵੀ ਉਹ ਕਰਨ, ਪਰ ਲੋਕਤੰਤਰ ਦੇ ਅੰਦਰ ਸਾਹਿਬ ਕਿਸੇ ਨੂੰ ਕੋਈ ਨਹੀਂ ਰੋਕਦਾ, ਸ਼ਾਂਤੀਪੂਰਵਕ ਦੀ ਗਰੰਟੀ ਇਹਨਾਂ ਨੇ ਐਸ ਕੇ ਮੈਨੂੰ ਦਿੱਤੀ ਸੀਗੀ ਸਾਹਿਬ। ਇਹਨਾਂ ਨੇ ਬੰਦੇ ਜਿਹੜੇ ਛੇਕੇ ਸੀ, ਮੈਨੂੰ ਪਤਾ ਨਹੀਂ ਆ ਕਿਹੜੇ ਲੀਡਰਾਂ ਨੇ ਛੇਕੇ ਸੀ, ਨਾ ਇਹਨਾਂ ਤੋਂ ਪੁੱਛ ਲਓ ਜਿਨ੍ਹਾਂ ਨੇ ਕਿਹਾ ਸੀ ਵੀ ਸਾਡਾ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਕਿਹਨਾਂ ਦਾ ਕਿਹਾ ਸੀਗਾ? ਰਜਵਾਲ ਸਾਹਿਬ ਨੂੰ ਪੁੱਛ ਲਓ, ਕਿਸੇ ਨੂੰ ਪੁੱਛ ਲਓ, ਡਾਕਟਰ ਦਰਸ਼ਨਪਾਲ ਨੂੰ ਪੁੱਛ ਲਓ ਜਿਨ੍ਹਾਂ ਨੇ ਕਿਹਾ ਸੀ ਵੀ ਆਹ ਜਿਹੜੇ ਜਿਹਨਾਂ ਨੂੰ ਦਿੱਤਾ ਸੀਗਾ ਰੂਟ ਵੀ ਤੁਸੀਂ ਬਾਹਰ ਵਾਲੇ ਇਸ 'ਤੇ ਰਿੰਗ ਰੋਡ 'ਤੇ ਪਾ ਲਓ ਆਪਣੇ ਟਰੈਕਟਰ, ਕੱਢੋ ਜਲੂਸ, ਅਤੇ ਇਹਨਾਂ ਜਦੋਂ ਪਾਸੇ ਹੋ ਗਏ ਫਿਰ ਜਦੋਂ ਕੀ ਕਿਹਦਾ ਕਿਹਾ ਸੀ, ਕਿਹਦੇ ਨਾਮ ਲਏ ਸੀਗੇ ਸਭ? ਛੱਡੋ ਸਾਹਿਬ, ਮੈਂ ਇੱਥੇ ਕੋਈ ਰਾਜਨੀਤਿਕ ਰੋਟੀਆਂ ਸੇਕਣ ਨਹੀਂ ਆਇਆ ਸਾਹਿਬ, ਮੈਂ ਇੱਥੇ ਬਤੌਰ ਕਿਸਾਨ ਗੱਲ ਕਰੀ ਜਾਂਦਾ। ਮੈਂ ਉਹਨਾਂ ਦੇ ਨਾਲ, ਛੱਡੋ ਤੁਸੀਂ ਉਹਨਾਂ ਨੂੰ ਮਿਲਾਉਣ ਨੂੰ, ਮੈਂ ਉਹਦੇ ਨਾਲ ਖੜਾ। ਮੈਨੂੰ ਜੇ ਪਾਰਟੀ ਇਸ ਗੱਲ ਵਾਸਤੇ ਛੇਕਦੀ ਹੈ ਤਾਂ ਛੇਕ ਦੇਵੇ ਸਾਹਿਬ, ਪਰ ਮੈਨੂੰ ਕੋਈ ਪਹਿਲਾਂ ਸਮਝਾਵੇ ਤਾਂ ਸਹੀ। ਮੈਂ ਪੇਟ ਤਾਂ ਹੈ ਨਹੀਂ ਸਾਹਿਬ ਵੀ ਅੱਖਾਂ ਵਿੱਚ ਕੇ ਤੁਰ ਪੂੰਗਾ ਵੀ ਫਲਾਣੇ ਸਿੰਘ ਨੇ ਕਹਿ ਤਾ ਵੀ ਚੱਲੀਏ, ਅਤੇ ਮੈਂ ਤਾਂ ਲਈਦੇ ਹੀ ਬੈਠਾ, 70 ਦਾ ਹੋਇਆ ਬੈਠਾ, ਉਹ ਤਾਂ ਨੌਜਵਾਨ ਮੁੰਡਾ ਹੀ 24 ਸਾਲ ਦਾ ਸੀ, ਦੋ ਭੈਣਾਂ ਉਹਦੇ, ਉਹਨੂੰ ਕਿਉਂ ਲਈ ਫਿਰਦੇ ਹੋ ਤੁਸੀਂ? ਤੁਹਾਡੇ ਤੁਸੀਂ ਕਿਉਂ ਨਹੀਂ ਅੱਗੇ ਆਉਂਦੇ? ਹੋ ਕੇ ਜਾ ਕੇ ਤੋੜੋ ਜੇ ਤੋੜਨਾ ਬੈਰੀਅਰ, ਕਿਉਂ ਤੋੜੋ? ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ, ਜੋ ਤੁਸੀਂ ਮੰਗਦੇ ਹੋ ਲੈ ਕੇ ਦੇਵਾਂਗੇ, ਬੋਲੋ ਕਿਹੜੀ ਫਸਲ 'ਤੇ ਚਾਹੀਦਾ। ਐਵੇਂ ਦੂਜੇ ਦਾ ਬਸ ਹੋਰਾਂ ਵਾਸਤੇ ਪਹਿਲਾਂ ਆਪਣਾ ਘਰ ਮਜ਼ਬੂਤ ਕਰੋ, ਕਿਸਾਨੀ ਦੂਜੇ ਲੋਕ ਵੀ ਪੂਰੇ ਇਹੋ ਜਿਹੀ ਗੱਲ ਨਹੀਂ ਵੀ ਉਹ ਮਰਾਠੇ ਬੈਠੇ, ਮਰਾਠੇ ਹੈ ਜੀ, ਉਹਨਾਂ ਦੇ ਉੱਥੇ ਸੁਈਸਾਈਡ ਬਹੁਤ ਹੁੰਦੀ, ਉਹ ਆਪਣਾ ਸੰਘਰਸ਼ ਕਰਨ, ਉਹ ਚੱਲਣ, ਅਸੀਂ ਵੀ ਆਪਣੀ ਉਹਨਾਂ ਨਾਲ ਦਿਆਂਗੇ ਜੇ ਉਹਨਾਂ ਨੂੰ ਕਿਸੇ ਕਿਸਮ ਦੀ ਕਮੀ। ਰਾਜਸਥਾਨ ਵਾਲੇ ਬਥੇਰੇ ਤਕੜੇ ਆ ਸਾਹਿਬ, ਮੱਧ ਪ੍ਰਦੇਸ਼ ਵਾਲੇ ਬਥੇਰੇ ਤਕੜੇ ਆ, ਲੜੋ ਆਪਣਾ ਸੰਘਰਸ਼ ਕਰੋ, ਜਿੱਥੇ ਸਾਡਾ ਪੰਜਾਬ ਦਾ ਹੱਕ ਹੋਊਗਾ ਅਸੀਂ ਕੁਰਬਾਨੀਆਂ ਤੋਂ ਪੰਜਾਬ ਕਦੇ ਟਲਿਆ ਨਹੀਂ ਸਾਹਿਬ, ਬਟ ਸਾਡੀ ਕੁਰਬਾਨੀ ਨੂੰ ਲੋਕ ਵੇਚ ਕੇ ਖਾ ਜਾਣ, ਸਾਡੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਵੇ ਸਾਹਿਬ, ਮੈਨੂੰ ਤਾਂ ਪਸੰਦ ਹੈ ਨਹੀਂ। ਬਾਕੀ ਆਪਣੀ ਮਰਜ਼ੀ ਹੈ ਕਰਨ, ਬਿਹਤਰ ਹੋਊਗਾ ਪੰਜਾਬ ਦੇ ਕਿਸਾਨਾਂ ਨੂੰ ਜਾ ਕੇ ਪੁੱਛਣ ਵੀ ਬੋਲੋ ਕੀ ਚਾਹੀਦਾ ਕੀ ਹੈ, ਫਿਰ ਕੋਈ ਗੱਲ ਕਰੀਏ, ਜਾ ਕੇ ਐਵੇਂ ਘਰੇ ਬੈਠ ਕੇ ਬਣਾ ਲਿਆ ਹਿਸਾਬ ਕਿਤਾਬ।